ਸੋਡੀ ਪ੍ਰੋਡਕਸ਼ਨ ਪੇਸ਼ ਕਰਦੇ ਨੇ ਨਿਸ਼ਾਨੀਆਂ ਗੁਰੂ ਸਹਿਬਾਨ ਨਿਸ਼ਾਨੀਆਂ ਗੁਰੂ ਸਹਿਬਾਨ ਇਤਿਹਾਸ ਦੇ ਪੰਨੇ ਗਿਆਨ ਦਾ ਐਸਾ ਡੂੰਘਾ ਸਾਗਰ ਨੇ ਜਿਸ ਵਿੱਚ ਸੁਰਤ ਰੂਪੀ ਟੁੱਬੀ ਲੱਗ ਜਾਏ ਉਹ ਅਮੋਲਕ ਹੀਰੇ ਲੱਭਦੇ ਨੇ ਜਿਹੜੇ ਸਾਡੀ ਸੋਚ ਤੋਂ ਵੀ ਪਰੇ ਨੇ। ਇਹ ਕੜਾ ਗੁਰੂ ਤੇਗ ਬਹਾਦਰ ਜੀ ਦਾ ਹੈ, ਬਹੁਤ ਖੂਬਸੂਰਤ ਕੜਾ ਹੈ। ਇਸ ਕਰਕੇ ਵੀ ਖੂਬਸੂਰਤ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪਣੇ ਹੱਥਾਂ ਵਿੱਚ ਪਹਿਨਦੇ ਸਨ। ਪਾਤਸ਼ਾਹੀ ਨੌਵੀਂ ਗੁਰੂ ਤੇਗ ਬਹਾਦਰ ਜੀ ਉਹਨਾਂ ਦਾ ਪਵਿੱਤਰ ਕੜਾ, ਪਵਿੱਤਰ ਤਾਂ ਹੈ ਗੁਰੂ ਜੀ ਦੇ ਹੱਥਾਂ ਨਾਲ ਛੋਇਆ ਹੋਇਆ ਹੈ। ਇਸ ਦੇ ਉੱਪਰ ਬਰੀਕ ਅੱਖਰਾਂ ਵਿੱਚ ਲਿਖਿਆ ਹੋਇਆ ਹੈ ਪਾਤਸ਼ਾਹੀ ਨੌਵੀਂ। ਆ ਦੇਖੋ ਬਰੀਕ ਅੱਖਰਾਂ ਵਿੱਚ ਲਿਖਿਆ ਹੋਇਆ ਹੈ। ਇਹ ਕੜਾ ਭਾਈ ਰੂਪ ਚੰਦ ਦੀ ਅੰਸ਼ ਬੰਸ਼ ਉਹਨਾਂ ਦੇ ਕੋਲ ਹੈ। ਨਿਸ਼ਾਨੀਆਂ ਗੁਰੂ ਸਹਿਬਾਨ